ਜਵਾਕਾਂ ਨੂੰ ਪੜ੍ਹਾਉਂਦਾ ਨਹੀਂ ਹੈਗਾ, ਮੈਂ ਪੜ੍ਹਾਉਂਦਾ ਨਹੀਂ ਸਕੂਲ ਦੇ ਨਹੀਂ ਪੜ੍ਹਨੇ ਪੈਣੇ। ਇੱਦਾਂ ਕਿ ਤੁਸੀਂ ਆਪ ਤਾਂ ਪੜ੍ਹੇ ਹੋ ਸਕੂਲ 'ਚ? ਹਾਂ, ਤਾਂ ਹੀ ਮੈਨੂੰ ਪਤਾ ਲੱਗਾ ਵੀ ਸਕੂਲ ਨਹੀਂ ਪੜ੍ਹਨੇ ਪੜ੍ਹਾ। ਪਰ ਲੱਗਦਾ ਨਹੀਂ ਕਿ ਬੱਚੇ ਦੇ ਵਾਸਤੇ ਇੱਕ ਇਨਵਾਇਰਮੈਂਟ ਸਕੂਲ ਦਾ ਵੀ ਹੋਣਾ ਜ਼ਰੂਰੀ ਹੈ? ਮਾਰੀ ਜਾਂਦੇ ਨਹੀਂ ਕਹਿ ਕਿਉਂ ਕੁਛ ਮਿਲਦਾ? ਉਹ ਇਹ ਬਹੁਤ ਮੈਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਜੀ। ਸਾਇੰਸ, ਮੈਥਮੈਟਿਕਸ ਇਹ ਨਹੀਂ ਪੜ੍ਹਦੇ ਬੱਚੇ ਜਾਂ ਤੁਸੀਂ ਪੜ੍ਹਾਉਂਦੇ ਉਹਨਾਂ ਨੂੰ? ਸਾਇੰਸ ਮੇਰੇ ਕਿੱਥੇ ਕੰਮ ਆਈ? ਮੈਂ ਪੜ੍ਹੀ ਆ, ਮੇਰੇ ਕਿੱਥੇ ਕੰਮ? ਥੋੜ੍ਹੀ ਬਹੁਤੀ ਨੌਲੇਜ ਤਾਂ ਉਹ ਤਾਂ ਪਤਾ ਲੱਗੇ ਜਾਣਾ ਉਹਨਾਂ ਨੂੰ ਜਦੋਂ ਵੱਡੇ ਹੋਣੇ। ਮੈਨੂੰ ਵੀ ਪਤਾ ਲੱਗਾ, ਮੈਂ ਵੀ ਹੁਣ ਗੂਗਲ ਹੀ ਕਰਦਾ। ਜੇ ਬੱਚੇ ਹੁਣ ਬਾਹਰ ਕਿਸੇ ਨਾਲ ਵਿਚਰਨਗੇ, ਜੇ ਉਹਨਾਂ ਨੂੰ ਪੁੱਛੋ ਕਿਹੜੇ ਸਕੂਲ 'ਚ ਪੜ੍ਹਦੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ, ਦੱਸਣਾ ਹੀ ਨਾ ਉਹਨਾਂ ਨੇ ਕੀ ਕਹਿਣਗੇ ਕਿ ਪੜ੍ਹਦੇ ਹੀ ਨਹੀਂ। ਤਾਂ ਤੁਸੀਂ ਤਾਂ ਦੇਖੋ ਪੜ੍ਹੇ ਹੀ ਹੋ, ਜੋ ਤੁਸੀਂ ਸਕੂਲ ਜਾਂਦੇ ਹੋ ਤੁਹਾਡੇ। ਮੈਂ ਡਿਗਰੀਆਂ ਸੋਚਤੀਆਂ ਜੀ ਸਾਰੀਆਂ। ਆਹ ਫਸਲ ਤਾਂ ਇੰਨਾ ਝਾੜ, ਆਹ ਫਸਲ ਤਾਂ ਇੰਨਾ ਝਾੜ, ਉਹਨਾਂ ਦੇ ਕੋਟਿਆਂ 'ਤੇ ਸੀਗਾ, ਉਹਨਾਂ ਨੂੰ ਕਿਸੇ ਨੇ ਸਿਖਾਇਆ? ਡਿਗਰੀਆਂ ਤਾਂ ਹੁਣ ਸ਼ੁਰੂ ਹੋਈਆਂ, ਪੇਪਰਾਂ ਗੋਰਿਆਂ ਵਿੱਚ। ਤੁਹਾਡੀ ਥਿੰਕਿੰਗ ਆਈ ਕਿੱਥੋਂ ਦਿਮਾਗ 'ਚ? ਰੀਡਿੰਗ ਤਾਂ ਹੋ ਰਹੀ ਹੈ ਜੀ ਉਹਨਾਂ ਦੀ। ਰੀਡਿੰਗ ਰਾਈਟਿੰਗ ਹੋ ਰਹੀ ਹੈ? ਹਾਂਜੀ ਹਾਂਜੀ। ਇੰਗਲਿਸ਼ ਵੀ ਪੜ੍ਹਾ ਰਹੇ ਹੋ? ਹਾਂ, ਸਾਰਾ ਕੁਛ ਹੀ ਪੜ੍ਹ ਰਹੇ ਜੀ ਉਹ। ਮੈਂ ਪੰਜਾਬੀ ਵੀ ਪੜ੍ਹ ਰਹੇ, ਪੰਜਾਬੀ ਜ਼ਿਆਦਾ ਪੜ੍ਹਾ ਰਹੇ। ਡਿਗਰੀਆਂ 'ਚ ਨਹੀਂ ਮੈਂ ਫਸਣਾ ਫਸਾਉਣਾ ਚਾਹੁੰਦਾ ਉਹਨਾਂ ਨੂੰ, ਬੋਝ ਵਿੱਚ ਕਿ ਅਸੀਂ ਕਰੋਸਿੰਗ ਕਰਨੀ ਹੈ, ਇੱਥੇ ਕੰਪੀਟ ਥੋੜ੍ਹੀ ਕਰਨਾ ਹੈ ਕਿਸੇ ਨਾਲ। ਪੇਰੈਂਟਸ ਆਪ ਇੰਨੇ ਵੈਲ ਆਫ, ਇੰਨੇ ਵਧੀਆ ਪੜ੍ਹੇ ਲਿਖੇ ਹੋਣ ਔਰ ਉਹ ਇਹ ਡਿਸੀਜਨ ਲੈਣ ਕਿ ਅਸੀਂ ਪੜ੍ਹਾਉਣਾ ਨਹੀਂ ਬੱਚਿਆਂ ਨੂੰ, ਉਹ ਬੜਾ ਸ਼ੌਕਿੰਗ ਲੱਗਦਾ। ਨਹੀਂ, ਸਗੋਂ ਵਧੀਆ ਡਿਸੀਜਨ ਹੁੰਦਾ ਨਾ ਕਿ ਉਹਨਾਂ ਨੂੰ ਪਤਾ ਹੈ ਕਿ ਸਮਾਜ 'ਚ ਕੀ ਚੱਲਦਾ, ਅਸੀਂ ਉਹਨਾਂ ਦੇ ਵਰਗੇ ਨਹੀਂ ਬਣਾਉਣਾ। ਮੈਂ ਨਹੀਂ ਬਣਾਉਣਾ ਚਾਹੁੰਦਾ ਉਹਨਾਂ ਵਰਗੇ ਜਿਹਦੇ ਨਾਲ ਚੱਲਦੇ ਆ, ਜਿਵੇਂ ਆਹ ਕੁਛ ਚੱਲਦਾ ਪਿਆ ਆ। ਜੇ ਉਹਨਾਂ ਦਾ ਟੈਸਟ ਲਈਏ ਆਪਾਂ ਬੱਚਿਆਂ ਦਾ, ਤੂੰ ਪਾਸ ਹੋਣੇ, ਫਸਟ ਆਉਂਦੇ, ਫਸਟ ਆਉਣਗੇ। ਖੇਡਣ ਜਾਂਦੇ ਨੇ ਬਾਹਰ, ਜਾਂਦੇ ਨੇ ਬੱਚੇ? ਨਹੀਂ, ਉਹ ਸਾਡੇ ਮੇਰੇ ਨਾਲ ਖੇਡਦੇ ਆ, ਥੋੜ੍ਹਾ ਬਹੁਤ ਜਿੰਨਾ ਖੇਡਦੇ ਆ। ਬਾਹਰ ਫਰੈਂਡਸ ਦਾ ਫਰੈਂਡਸ ਵੀ ਨਹੀਂ ਹੈਗੇ ਬਈ? ਤੁਸੀਂ ਤਾਂ ਮਤਲਬ ਘੁੱਟ ਕੇ ਰੱਖੇ ਹੋਏ ਜਵਾਕ ਘਰੇ। ਇੱਦਾਂ ਨਹੀਂ ਹੁੰਦਾ ਹੈਗਾ, ਉਹ ਵੀ ਘੁੱਟ ਉਹ ਹਾਲੇ ਵੀ ਤੁਹਾਨੂੰ ਕਿਤਾਬਾਂ ਪੜ੍ਹਾਈ ਜਾਂਦੇ ਆ, ਹੈ ਨਾ ਜੀ? ਕਿਤਾਬਾਂ ਉਦੋਂ ਸੀਆਂ ਪੁਰਾਣੇ ਸਮਿਆਂ 'ਚ ਜਦੋਂ ਫੋਟੋਗ੍ਰਾਫੀ ਨਹੀਂ ਸੀਗੀ, ਕਾਗਜ਼ਾਂ 'ਚ ਪੇਂਟਿੰਗ ਕਰਦੀ, ਕਾਗਜ਼ ਸੀਗੇ। ਹੁਣ ਤਾਂ ਡਿਜੀਟਲ ਆ, ਵਿਜ਼ੂਅਲ ਆ ਸਾਰਾ ਕੁਛ, ਜੋ ਮਰਜ਼ੀ ਸਿੱਖ ਲਓ, ਸਗੋਂ ਜ਼ਿਆਦਾ ਸਿੱਖਿਆ ਜਾ ਰਿਹਾ ਆ ਵਿਜ਼ੂਅਲੀ। ਬੇਟੀ 8 ਸਾਲ ਦੀ ਆ, ਬੇਟਾ 5 ਸਾਲ ਦਾ। ਹਾਂਜੀ। ਔਰ ਜੇ ਉਹਨਾਂ ਨੂੰ 5 ਔਰ 8 ਸਾਲ ਦੇ ਬੱਚੇ ਦੇ ਨਾਲ ਆਪਾਂ ਬਿਠਾਵਾਂਗੇ, ਤਾਂ ਤੁਹਾਨੂੰ ਲੱਗਦਾ ਕਿ ਕੋਈ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੋਊਗਾ, ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਜ਼ਿਆਦਾ ਉਹਨਾਂ ਤੋਂ ਸੁਪੀਰੀਅਰ ਹੋਣਗੇ? ਮੈਂ ਦੇਖੋ ਕਿੱਦਾਂ ਚੁਲਬਲੇ ਆ ਉਹ। ਜਵਾਕਾਂ ਨੂੰ ਪੜ੍ਹਾਉਂਦਾ ਨਹੀਂ ਹੈਗਾ, ਮੈਂ ਪੜ੍ਹਾਉਂਦਾ ਨਹੀਂ, ਸਕੂਲੇ ਨਹੀਂ ਪੜ੍ਹਨੇ ਪਏ ਮੈਂ ਆਪਣੇ ਬੱਚੇ। ਇੱਦਾਂ ਕਿਉਂ? ਵੈਸੇ ਜੀ ਤੁਸੀਂ ਆਪ ਤਾਂ ਪੜ੍ਹੇ ਹੋ ਸਕੂਲ 'ਚ? ਹਾਂ, ਤਾਂ ਹੀ ਮੈਨੂੰ ਪਤਾ ਲੱਗਾ ਵੀ ਸਕੂਲੇ ਨਹੀਂ ਪੜ੍ਹਨੇ ਪੜ੍ਹਾ, ਮੈਂ ਆਪ ਪੜ੍ਹਿਆ ਕਰਕੇ ਤਾਂ ਹੀ ਤਾਂ ਇਹ ਪਤਾ ਲੱਗਾ ਭਾਈ ਸਕੂਲੇ ਨਹੀਂ ਪੜ੍ਹਨੇ ਪੜ੍ਹਾ ਉਹਨਾਂ ਨੂੰ। ਕੀ ਕਾਰਨ? ਕੀ ਕਾਰਨ? ਕੋਈ ਵੀ ਨਹੀਂ ਹੈਗਾ ਜੀ, ਮੈਂ ਹਾਂ ਉਹਨਾਂ ਨੂੰ ਸੋਫਟ ਸਕਿੱਲ ਸਿਖਾ ਦਵਾਂਗਾ। ਡਿਗਰੀ ਉਹ 'ਚ ਡਿਗਰੀਆਂ 'ਚ ਨਹੀਂ ਮੈਂ ਫਸਣਾ ਫਸਾਉਣਾ ਚਾਹੁੰਦਾ ਉਹਨਾਂ ਨੂੰ, ਬੋਝ ਵਿੱਚ ਕਿ ਅਸੀਂ ਕਰੋਸਿੰਗ ਕਰਨੀ ਹੈ, ਇੱਥੇ ਕੰਪੀਟ ਥੋੜ੍ਹੀ ਕਰਨਾ ਹੈ ਕਿਸੇ ਨਾਲ, ਹੈ ਨਾ ਜੀ? ਤਾਂ ਕਰਕੇ ਆ। ਪਰ ਨੌਲੇਜ ਨੌਲੇਜ ਹੋਊਗੀ ਜੀ, ਮੇਰੇ ਕੋਲ ਜਿੰਨਾ ਗਿਆਨ ਮੈਂ ਸਾਰਾ ਕੁਛ ਉਹਨਾਂ ਨੂੰ ਸਿਖਾ ਦੇਣਾ। ਕੀ ਕੁਛ ਸਿਖਾਓਗੇ ਤੁਸੀਂ? ਮੈਨੂੰ ਸੋਫਟਵੇਅਰ ਆਉਂਦਾ, ਮੈਨੂੰ ਸਾਰਾ ਕੁਛ ਆਉਂਦਾ, ਜੋ ਸਿੱਖਣਾ ਚਾਹੁੰਦੇ ਹੋਊਗੇ, ਜੋ ਮੈਨੂੰ ਉਹਦਾ ਉਹ ਵੀ ਸਿਖਾ ਦੇਣਾ, ਜੋ ਉਹ ਸਿੱਖਣਾ ਚਾਹੁੰਦੇ ਹੋਊਗੇ ਉਹ ਸਿਖਾ ਦੇਣਾ। ਪਰ ਲੱਗਦਾ ਨਹੀਂ ਕਿ ਬੱਚੇ ਦੇ ਵਾਸਤੇ ਇੱਕ ਇਨਵਾਇਰਮੈਂਟ ਸਕੂਲ ਦਾ ਵੀ ਹੋਣਾ ਜ਼ਰੂਰੀ ਹੈ? ਐਵੇਂ ਮਾਰੀ ਜਾਂਦੇ ਜੀ ਕਹਿ ਕਿਉਂ ਕੁਛ ਮਿਲਦਾ? ਉਹ ਇਹ ਬਹੁਤ ਮੈਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਜੀ। ਕਿਸ ਤੋਂ? ਆਮ ਮੇਰੇ ਦੋਸਤ। ਤੁਹਾਡੇ ਵਾਈਫ ਸਹਿਮਤ ਇਸ ਚੀਜ਼? ਹਾਂਜੀ ਹਾਂਜੀ। ਉਹ ਵੀ ਵਿੱਚ ਸਾਥ ਦਿੰਦੇ ਨੇ, ਪੜ੍ਹਾਉਂਦੇ ਨੇ ਉਹ ਵੀ ਨਾਲ? ਉਹੀ ਪੜ੍ਹਾਉਂਦੇ, ਮੈਂ ਥੋੜ੍ਹੀ ਪੜ੍ਹਾਉਂਦਾ। ਤੁਸੀਂ ਆਪ
ਆ ਪਾਸੇ ਹੜ ਕੇ ਜ਼ਿੰਮੇਵਾਰੀ ਉਹਨਾਂ ਨੂੰ ਦੇਣੀ। ਮੈਂ ਵੀ ਪੜਾਉਂਦਾ, ਮੈਂ ਜਿੱਥੇ ਮੈਨੂੰ ਲਾਸਟ ਕਦੋਂ ਪੜਾਇਆ ਸੀ ਫੋਟੋਗ੍ਰਾਫੀ? ਤੂੰ ਲਾਸਟ ਕਦੋਂ ਪੜਾਇਆ ਸੀ? ਅਰੇ ਉਹ ਰੀਡਿੰਗ ਰਾਈਟਿੰਗ ਸਿਖਾ ਰਿਹਾ ਸੀ। ਸੋ ਲਾਸਟ ਕਦੋਂ ਪੜਾਇਆ ਸੀ? ਨਹੀਂ ਮੈਂ ਤਾਂ ਮੈਂ ਸੋਫਟ ਸਕਿੱਲ। ਅਰੇ ਸੁਣੋ ਤੁਸੀਂ, ਮੈਂ ਸੋਫਟ ਸਕਿੱਲ ਸਿਖਾਉਣੀਆਂ ਬੱਚੇ ਤੁਸੀਂ ਘਰੇ ਬਿਠਾ ਕੇ ਆਪ ਤੁਸੀਂ ਅਰੇ ਪੜਾਉਂਦੇ ਆ ਬਿਜ਼ੀ। ਉਹਨਾਂ ਨੂੰ ਰੀਡਿੰਗ ਰਾਈਟਿੰਗ ਸਿਖਾਉਣੀ ਆ ਜੀ, ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹ ਸਿਖਾਉਣੀ ਆ। ਇਹ ਜਿਹੜੇ ਲੋਕ ਹੁਣ ਨਹੀਂ, ਸਕੂਲ ਦਾ ਸਿਸਟਮ ਮਾੜਾ ਕਿਉਂ ਹੈ? ਸਕੂਲ ਦਾ ਸਿਸਟਮ ਨਹੀਂ ਮਾੜਾ, ਮੈਂ ਵੈਸੇ ਨਹੀਂ ਆਪਣੀ ਗੱਲ ਕਰਾਂ। ਮੇਰਾ ਬੇਟਾ ਹੁਣ 2 ਸਾਲ ਦਾ ਹੋ ਰਿਹਾ, ਹੁਣ ਸਾਡੇ ਘਰੇ ਇਹ ਡਿਸਕਸ਼ਨ ਹੁੰਦੀ ਹੈ ਕਿ ਇਹਨੂੰ ਕਿਹੜੇ ਪਲੇ ਸਕੂਲ ਪਾਈਏ। ਕਿਉਂ ਨਾ ਭੇਜੀਏ? ਮੈਂ ਖੇਤਾਂ 'ਚ ਲੈ ਕੇ ਸਕੂਲਾਂ ਛੱਡ ਦਿਆ ਕਰੋ, ਅਗਲੇ ਦੌੜਾ ਭੱਜੂਗਾ ਰਿਸ਼ਤੇ ਤਾਂ ਕਹਿੰਦੇ ਆਵੜ ਕਰਾਓ ਇਹਨੂੰ। ਉਹ ਤਾਂ ਇੱਦਾਂ ਹੈ ਨਾ, ਉਹ ਤਾਂ ਉਹ ਅਸਲ 'ਚ ਲੂਪ 'ਚ ਫਸੇ ਹੋਏ ਆ। ਜਿਹੜੀ ਉਹ ਲੂਪ ਆ ਇੱਕ ਆਖੇ ਐਵੇਂ ਸਿਸਟਮ ਚੱਲਦਾ। ਹੁਣ ਤੁਸੀਂ ਦੇਖੋ, ਕਿਤਾਬਾਂ ਕਾਹਦੇ ਲਈ ਸੀਗੀਆਂ ਪਹਿਲਾਂ ਸਮਿਆਂ 'ਚ? ਹਾਲੇ ਵੀ ਤੁਹਾਨੂੰ ਕਿਤਾਬਾਂ ਪੜ੍ਹਾਈ ਜਾਂਦੇ ਆ, ਹੈ ਨਾ ਜੀ? ਕਿਤਾਬਾਂ ਉਦੋਂ ਸੀਆਂ ਪੁਰਾਣੇ ਸਮਿਆਂ 'ਚ ਜਦੋਂ ਫੋਟੋਗ੍ਰਾਫੀ ਨਹੀਂ ਸੀਗੀ, ਕਾਗਜ਼ਾਂ 'ਚ ਪੇਂਟਿੰਗ ਕਰਦੀ, ਕਾਗਜ਼ ਸੀਗੇ। ਹੁਣ ਤਾਂ ਡਿਜੀਟਲ ਆ, ਵਿਜ਼ੂਅਲ ਹੈ ਸਾਰਾ ਕੁਛ, ਜੋ ਮਰਜ਼ੀ ਸਿੱਖ ਲਓ। ਸਗੋਂ ਜ਼ਿਆਦਾ ਸਿੱਖਿਆ ਜਾ ਰਿਹਾ ਆ ਵਿਜ਼ੂਅਲੀ। ਜੇ ਉਹਨਾਂ ਦਾ ਟੈਸਟ ਲਈਏ ਆਪਾਂ ਬੱਚਿਆਂ ਦਾ, ਉਹ ਪਾਸ ਹੋਣੇ, ਫਸਟ ਆਉਂਦੇ ਨੇ, ਫਸਟ ਆਉਣਗੇ। ਅਤੇ ਕਿਵੇਂ ਹੁਣ ਜੇ ਮਤਲਬ ਮੰਨ ਕੇ ਚੱਲੀਏ, ਹੁਣ ਕਿੰਨੇ ਏਜ ਕਿੰਨੀ ਉਹਨਾਂ ਦੀ? ਜੋ ਆਕੜੀ ਮੇਰੀ 8 ਸਾਲ ਦੀ ਆ। ਅਤੇ 8 ਸਾਲ ਦੇ ਹਿਸਾਬ ਨਾਲ ਕਿਹੜੀ ਕਲਾਸ ਹੋਣਾ ਚਾਹੀਦਾ? ਪਤਾ ਨਹੀਂ ਮੈਨੂੰ, ਇਹ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਜਾਣਾ ਹੀ ਨਹੀਂ ਚਾਹੁੰਦਾ ਜੀ। ਜੇ ਬੱਚੇ ਹੁਣ ਬਾਹਰ ਕਿਸੇ ਨਾਲ ਵਿਚਰਨਗੇ, ਜੇ ਕੋਈ ਉਹਨਾਂ ਨੂੰ ਪੁੱਛੋ ਕਿਹੜੇ ਸਕੂਲ 'ਚ ਪੜ੍ਹਦੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ, ਕੀ ਦੱਸਣਾ ਇਹਨਾਂ ਨੇ? ਕੀ ਕਹਿਣਗੇ? ਕੋਈ ਪੜ੍ਹਦੇ ਹੀ ਨਹੀਂ ਬਈ, ਆ ਕੀ ਗੱਲ ਹੋਈ? ਨਹੀਂ ਪੜ੍ਹਦੇ ਜੀ, ਹਾਲਤ ਹੋ ਗਈ ਇਹਦੇ 'ਚ, ਕੀ ਇਹਦੇ 'ਚ ਸੰਗ ਵਾਲੀ ਕਿਹੜੀ ਗੱਲ ਹੈ? ਨਹੀਂ ਪੜ੍ਹਦੇ ਸਕੂਲੇ, ਨਹੀਂ ਪਾਏ ਜੀ, ਇਹਦੇ 'ਚ ਤਾਂ ਕੋਈ ਉਹ ਨਹੀਂ ਹੈਗਾ। ਇਹਦੇ 'ਚ ਆਪਾਂ ਆਪਣੇ ਆਪ ਨੂੰ ਇਨਕਮ ਉਹ ਕੰਪਲੈਕਸ ਦੇ ਰਹੇ ਹਾਂ। ਬੱਚੇ ਇਨਫੀਰੀਓਰਿਟੀ ਕੰਪਲੈਕਸ ਵੀ ਨਹੀਂ ਫੀਲ ਕਰਦੇ ਜਦੋਂ ਖੇਡਣ ਜਾਂਦੇ ਨੇ, ਬਾਹਰ ਜਾਂਦੇ ਨੇ ਬੱਚੇ? ਨਹੀਂ, ਉਹ ਸਾਡੇ ਮੇਰੇ ਨਾਲ ਖੇਡਦੇ ਆ, ਥੋੜ੍ਹਾ ਬਹੁਤ ਜਿੰਨਾ ਖੇਡਦੇ ਆ। ਬਾਹਰ ਫਰੈਂਡਸ ਵੀ ਨਹੀਂ ਹੈਗੇ ਬਈ? ਤੁਸੀਂ ਤਾਂ ਮਤਲਬ ਘੁੱਟ ਕੇ ਰੱਖੇ ਹੋਏ ਨੇ ਜਵਾਕ ਘਰੇ। ਇੱਦਾਂ ਨਹੀਂ ਹੁੰਦਾ ਹੈਗਾ, ਘੁੱਟਿਆ ਉਹ ਆਪਣੀ ਹਾੜ ਦਾ ਸਮਾਂ, ਉਹ ਖੁਸ਼ ਨੇ। ਨਹੀਂ ਬੱਚਿਆਂ ਨੂੰ ਤਾਂ ਯਾਰ ਖੁੱਲ੍ਹਾ ਮਤਲਬ ਕਹਿੰਦੇ ਇਨਵਾਇਰਮੈਂਟ ਚਾਹੀਦਾ ਹੈ, ਖੁਸ਼ੀ ਚਾਹੀਦੀ ਹੁੰਦੀ। ਅੱਛਾ, ਖੁਸ਼ੀ ਚਾਹੀਦੀ ਆ ਪਾਰਕ ਦੇ ਵਿੱਚ, ਕੋਈ ਫਰੈਂਡਸ ਉਹਨਾਂ ਦੇ? ਖੁਸ਼ੀ ਚਾਹੀਦੀ ਉਹਨਾਂ ਨੂੰ, ਹੈਪੀਨੈਸ ਹੁੰਦੀ ਜੀ। ਹੈਪੀਨੈਸ ਇੱਦਾਂ ਥੋੜ੍ਹੀ, ਹੈਪੀਨੈਸ ਉਹਨਾਂ ਨੂੰ, ਉਹ ਖੁਸ਼ ਹੋਣੇ ਚਾਹੀਦੇ ਆ। ਪਰ ਤੁਸੀਂ ਤਾਂ ਦੇਖੋ ਪੜ੍ਹੇ ਹੀ ਹੋ, ਜੋ ਤੁਸੀਂ ਸਕੂਲ ਜਾਂਦੇ ਹੋ, ਮੈਂ ਡਿਗਰੀਆਂ ਸੁੱਟਤੀਆਂ ਜੀ ਸਾਰੀਆਂ। ਤੁਹਾਡੇ ਕੋਲ ਡਿਗਰੀ ਨਹੀਂ ਹੈਗੀ? ਨਾ, ਮੈਂ ਤਾਂ ਸਿਰਫ 8ਵੀਂ ਦਾ, 10ਵੀਂ 8ਵੀਂ ਦਾ ਸਰਟੀਫਿਕੇਟ, ਉਹ ਵੀ ਬਰਥ ਸਰਟੀਫਿਕੇਟ ਲਏ। ਅੱਛਾ, ਕਿਉਂਕਿ ਮੈਂ 84 ਬੋਰਨ ਆ। ਅੱਛਾ, ਤਾਂ ਉਦੋਂ ਕੋ 84 ਤੱਕ ਤੇ ਮੇਰੇ ਖਿਆਲ ਨਾਲ ਬਰਥ ਸਰਟੀਫਿਕੇਟ ਹੈ ਨਹੀਂ, ਹੁੰਦਾ ਨਹੀਂ ਸੀਗਾ, ਤਾਂ ਉਹ 8ਵੀਂ। ਤੁਹਾਨੂੰ ਕੋਈ ਐਵੇਂ ਤਾਂ ਨਹੀਂ ਕਹਿੰਦਾ ਕਿ ਤੁਹਾਡੀ ਸੋਚ ਕਾਮਰੇਡਾਂ ਵਾਲੀ ਹੈ? ਨਹੀਂ ਨਹੀਂ, ਮੈਂ ਕਾਮਰੇਡ ਨਹੀਂ ਹੈਗਾ ਜੀ। ਇਹ ਸੋਚ ਕੇ ਇਹਨੂੰ ਕੀ ਕਹਾਂਗੇ ਆਪਾਂ? ਕਿਹੜੇ ਪਾਸੇ ਨੂੰ, ਲੈਫਟ ਵਾਲੇ ਪਾਸੇ ਨੂੰ, ਰਾਈਟ ਵਾਲੇ ਪਾਸੇ? ਕੋਈ ਨਵਾਂ ਹੀ ਪਾਸਾ ਤੁਹਾਡਾ ਹੈ? ਦਾਸ, ਕੋਈ ਨਵਾਂ ਹੀ ਪਾਸਾ ਬਣਾ ਦਿਓ ਇਹਨੂੰ। ਮੇਰਾ ਹੀ ਆ ਪਾਸਾ, ਹਾਂ, ਫਾਰਮਰਸ, ਕਿਸਾਨ ਜੀ। ਤੁਸੀਂ ਪੁਰਾਣੇ ਸਮਿਆਂ 'ਚ ਦੇਖ ਲਓ, ਜਿਹੜੇ ਕਿਸਾਨ ਹੁੰਦੇ ਸੀਗੇ, ਐਗਰੀਕਲਚਰ ਦੀਆਂ ਡਿਗਰੀਆਂ ਹੁਣ ਆਈਆਂ, ਹੈ ਨਾ ਜੀ? ਪੁਰਾਣੇ ਕਿਸੇ ਵੀ ਬਜ਼ੁਰਗ ਨੂੰ ਫੜ ਲਓ, ਉਹਨੂੰ ਪਤਾ ਹੈ ਕਿ ਸਿੱਟੇ ਬੀਜ ਕਿਵੇਂ ਚੁਗਣਾ ਆ, ਖੇਤ 'ਚੋਂ ਕਿਹੜੀ ਫਸਲ ਦਾ ਕਿਵੇਂ ਬੀਜ ਚੁਗਣਾ। ਉਹਨਾਂ ਨੇ ਕਿੱਥੋਂ ਲਿਆ? ਉਹਨੇ ਕਿਤਾਬਾਂ 'ਚ ਤਾਂ ਨਹੀਂ ਪੜ੍ਹਿਆ ਨਾ। ਲੱਗਦਾ ਨਹੀਂ ਬੱਚਿਆਂ ਨੂੰ ਅੱਗੇ ਜਾ ਕੇ ਔਖਾ ਹੋਊਗਾ ਜਦੋਂ ਵੱਡੇ ਹੋਣਗੇ? ਜਿਹੜੇ ਬੰਦੇ ਜਿਹਨਾਂ ਨੂੰ ਗਿਆਨ ਮਿਲਿਆ ਕਿ ਕਿਸਾਨਾਂ ਨੂੰ ਆਹ ਫਸਲ ਦਾ ਇੰਨਾ ਝਾੜ, ਆਹ ਫਸਲ ਦਾ ਇੰਨਾ ਝਾੜ, ਉਹਨਾਂ ਦੇ ਪੋਟਿਆਂ 'ਤੇ ਸੀਗਾ, ਉਹਨਾਂ ਨੂੰ ਕਿਸੇ ਨੇ ਸਿਖਾਇਆ? ਡਿਗਰੀਆਂ ਤਾਂ ਹੁਣ ਸ਼ੁਰੂ ਹੋਈਆਂ ਪੇਪਰਾਂ ਗੋਰਿਆਂ ਵੇਲੇ। ਤੁਹਾਡੀ ਥਿੰਕਿੰਗ ਆਈ ਕਿੱਥੋਂ ਦਿਮਾਗ 'ਚ? ਕਿਹਦੀ? ਕਿ ਬੱਚਿਆਂ ਨੂੰ ਸਕੂਲ ਨਹੀਂ ਪਾਉਣਾ? ਮੈਂ ਸਕੂਲੇ ਨਹੀਂ ਪਾਉਣਾ ਜੀ, ਕਿਉਂਕਿ ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਡਿਗਰੀਆਂ 'ਚ ਪੇਪਰਾਂ 'ਚ ਬਿਠਾਉਣਾ ਚਾਹੁੰਦਾ ਜਿਵੇਂ ਮੈਂ ਬੈਠਿਆ। ਮੈਂ ਨਹੀਂ ਚਾਹੁੰਦਾ ਕਿ ਉਹ ਐਵੇਂ ਉਹਦੇ 'ਚ ਫਸਣ ਕਿ ਇੰਨੇ ਨੰਬਰ ਲੈਣੇ ਜਾਂ ਇੰਨੇ ਨੰਬਰ ਲੈਣੇ, ਇੰਨੇ ਨੰਬਰ ਲੈਣੇ।
ਘੱਟੋ ਘੱਟ ਅਪੀਅਰ ਹੀ ਕਰਾ ਦੋ ਉਹਨਾਂ ਨੂੰ ਕੋ ਜਿੰਨਾ ਗਿਆਨ ਹੈਗਾ ਉਹ ਦੇਣ ਉਹਦਾ ਕੀ ਹੋ ਜੂ ਫਿਰ ਕੀ ਹੋ ਜੂਗਾ ਫਿਰ ਕੀ ਹੋਊਗਾ ਇੱਕ ਸਿਸਟਮ 'ਚ ਤਾਂ ਚੱਲਣਗੇ ਵਿਚਾਰੇ ਕੀ ਸਿਸਟਮ ਮੇਰਾ ਅਰੇ ਮੈਂ ਵੀ ਤਾਂ ਇੱਦਾਂ ਕਿੱਦਾਂ ਉਹ ਪ੍ਰਾਣ ਜਿਹੜੀ ਪਹਿਲਾਂ ਦੁਨੀਆ ਸੀਗੀ ਸਿਸਟਮ 'ਚ ਨਹੀਂ ਸੀਗੀ ਤੁਹਾਡਾ ਜੀਵਨ ਤੁਸੀਂ ਜਿਉਂਦੇ ਕਿਵੇਂ ਉਹ ਸਭ ਤੋਂ ਵੱਧ ਮੈਟਰ ਕਰਦਾ ਤੁਸੀਂ ਵਿਚਰਦੇ ਕਿਵੇਂ ਆ ਸੱਭਿਆਚਾਰ ਆਪਣੇ ਪੰਜਾਬ 'ਚ ਇੱਕ ਹੋਰ ਉਹ ਆ ਆਪਾਂ ਗੱਡੇ ਉਹ ਹਲਦ ਹੈ ਨਾ ਬਲਦ ਜਿੰਨੀਆਂ ਵੀ ਪੁਰਾਣੀਆਂ ਚੀਜ਼ਾਂ ਨਾ ਉਹਨੂੰ ਅਸੀਂ ਕਹਿ ਦਿੰਦੇ ਸੱਭਿਆਚਾਰ ਸੱਭਿਆਚਾਰ ਇਹ ਥੋੜ੍ਹੀ ਹੁੰਦਾ ਸੱਭਿਆਚਾਰ ਤਾਂ ਅਸੀਂ ਵਿਚਰਦੇ ਕਿਵੇਂ ਹਾਂ ਮੈਂ ਕਿਵੇਂ ਵਿਚਰਦਾ ਮੈਂ ਹੁਣ ਜਿਵੇਂ ਜਿਹਦੇ ਨਾਲ ਮੈਂ ਰੁੱਸਦਾ ਮੈਂ ਗਾਲੋ ਗਾਲੀ ਹੁੰਦਾ ਉਹ ਮੈਂ ਵਧੀਆ ਥੋੜ੍ਹਾ ਮਤਲਬ ਘੁੱਟ ਮੈਂ ਖਿੱਚ ਜਾਂਦਾ ਉਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਕਿਹਦਾ ਦਾ ਬੱਚਿਆਂ ਦਾ ਟੀ ਵੀ ਬੁੱਕਸ ਵੀ ਹੈਗੀਆਂ ਟੀ ਵੀ ਵੀ ਆ ਡਾਕੂਮੈਂਟਰੀ ਫਿਲਮਾਂ ਕੀ ਇਹ ਸਾਰਾ ਕੁਛ ਉਹੀ ਆ ਜੋ ਕਿਤਾਬ 'ਚ ਆ ਉਹ ਵਿਜ਼ੂਅਲੀ ਡਾਕੂਮੈਂਟਾਈਜ਼ ਕਰ ਦਿੱਤਾ ਅੱਗੇ ਲਿਖਿਆ ਜਾਂਦਾ ਸੀਗਾ ਸਾਇੰਸ ਮੈਥਮੈਟਿਕਸ ਇਹ ਨਹੀਂ ਪੜ੍ਹਦੇ ਬੱਚੇ ਜਾਂ ਤੁਸੀਂ ਪੜ੍ਹਾਉਂਦੇ ਉਹਨਾਂ ਨੂੰ ਸਾਇੰਸ ਮੇਰੇ ਕਿੱਥੇ ਕੰਮ ਆਈ ਮੈਂ ਪੜ੍ਹੀ ਆ ਮੇਰੇ ਕਿੱਥੇ ਕੰਮ ਆਈ ਥੋੜ੍ਹੀ ਬਹੁਤੀ ਨੌਲੇਜ ਤਾਂ ਉਹ ਤਾਂ ਪਤਾ ਲੱਗੇ ਜਾਣਾ ਉਹਨਾਂ ਨੂੰ ਜਦੋਂ ਵੱਡੇ ਹੋਣੇ ਮੈਨੂੰ ਵੀ ਪਤਾ ਲੱਗ ਮੈਂ ਵੀ ਹੁਣ ਗੂਗਲ ਹੀ ਕਰਦਾ ਹੁਣ ਮੈਨੂੰ ਕੁਛ ਪਤਾ ਨਹੀਂ ਹੁੰਦਾ ਮੈਂ ਇੰਟਰਨੈਟ ਤੇ ਲੱਭਦਾ ਉਹਨਾਂ ਨੂੰ ਸਭ ਕੁਝ ਪਤਾ ਬਾਡੀ ਪਾਰਟਸ ਬਾਰੇ ਥੋੜ੍ਹੀ ਆਪਾਂ ਨੂੰ ਨੌਲੇਜ ਫੀਵਰ ਉਹ ਜਦੋਂ ਲੋੜ ਪੈਂਦੀ ਜੀ ਹੁਣ ਮੈਂ ਫਿਜ਼ੀਕ ਡਿਵੈਲਪ ਆਪਣੀ ਫਿਜ਼ੀਕ ਬਣਾਈ ਆ ਬਿਲਟ ਕੀਤੀ ਮੈਂ ਹਨਾ ਤੇ ਮੈਂ ਉਹਦੇ ਬਾਰੇ ਪੜ੍ਹਿਆ ਹੁਣ ਪੜ੍ਹਿਆ ਇਹ ਕਿਹੜਾ ਮੈਨੂੰ ਪੜ੍ਹਾਇਆ ਸੀਗਾ ਉਹ ਤਾਂ ਉਹਨਾਂ ਦੀ ਕੋਸ਼ਿਸ਼ ਜਾਗ ਜਾਣੀ ਨਾ ਮੈਥਮੈਟਿਕਸ ਤਾਂ ਲੱਗਦਾ ਥੋੜਾ ਮੇਰੀ ਕਿਸੇ ਦਾ ਨਹੀਂ ਉਹ ਆ ਜਾਣਾ ਉਹਨੇ ਜਦੋਂ ਪਾਊਗੇ ਆਪੇ ਉਹ ਸਿੱਖੂਗੇ ਜਦੋਂ ਸੌਦਾ ਲੈਣੀ ਜਾਣਾ ਹਾਂ ਵੀ ਜਦੋਂ ਸੌਦਾ ਲੈਣ ਜਾਊਗੇ ਪਤਾ ਲੱਗੂਗਾ ਭਾਈ ਨਾਲ ਕੋਈ ਨਹੀਂ ਹੈਗਾ ਸਿੱਖੂਗੇ ਫਿਰ ਉਹਨੂੰ ਸਿੱਖਣਾ ਪਊਗਾ ਜਿੱਦਾਂ ਮੈਂ ਵੀ ਸਿੱਖਿਆ ਪੰਜਾਬੀ ਦਾ ਸਿੱਖ ਲਈ ਉਹਨਾਂ ਨੇ ਚਲੋ ਤਾਂ ਘਰੇ ਬੋਲੀ ਜਾਂਦੀ ਹੋਊਗੀ ਹੈ ਨਾ ਸਿੱਖਦੇ ਉਹ ਲਿਖਣਾ ਵੀ ਸਿੱਖਦੇ ਆ ਲਿਖਾਈ ਵੀ ਜਾਂਦੀ ਆ ਕੁਛ ਹਾਂ ਉਹ ਤਾਂ ਲੋੜ ਪੈਣੀ ਹੈ ਨਾ ਸਾਈਨ ਕਰਨੇ ਅੱਗੇ ਕਦੀ ਹਾਂਜੀ ਕੋਈ ਫਾਰਮ ਹੀ ਭਰਨਾ ਪੈ ਜਾਂਦਾ ਬੰਦਾ ਉਹ ਤਾਂ ਟਰੈਵਲ ਕਰ ਰਿਹਾ ਡਾਕੂਮੈਂਟ ਰਾਈਟਿੰਗ ਤਾਂ ਹੋ ਰਹੀ ਹੈ ਜੀ ਉਹਨਾਂ ਦੀ ਰੀਡਿੰਗ ਰਾਈਟਿੰਗ ਹੋ ਰਹੀ ਹੈ ਹਾਂਜੀ ਹਾਂਜੀ ਸਾਰੀ ਹੋ ਰਹੀ ਇੰਗਲਿਸ਼ ਦੀ ਵੀ ਪੰਜਾਬੀ ਦੀ ਵੀ ਹਿੰਦੀ ਦੀ ਨਹੀਂ ਹੈਗੀ ਇੰਗਲਿਸ਼ ਵੀ ਪੜ੍ਹਾ ਰਹੇ ਹੋ ਨਾਲ ਹਾਂ ਸਾਰਾ ਕੁਛ ਹੀ ਪੜ੍ਹ ਰਹੇ ਜੀ ਉਹ ਪੰਜਾਬੀ ਵੀ ਪੜ੍ਹ ਰਹੇ ਪੰਜਾਬੀ ਜ਼ਿਆਦਾ ਪੜ੍ਹਾ ਰਹੇ ਤੁਸੀਂ ਨਹੀਂ ਪੜ੍ਹਾਉਂਦੇ ਤੁਸੀਂ ਹੁਣ ਜ਼ਿੰਮੇਵਾਰੀ ਨਹੀਂ ਮੈਂ ਦੇਖ ਲੈਂਦਾ ਜਦੋਂ ਮੇਰੇ ਸਾਹਮਣੇ ਹੁੰਦਾ ਮੈਂ ਤਾਂ ਦੇਖ ਹੀ ਲੈਂਦਾ ਜੀ ਔਰ ਮੈਂ ਵੀ ਪੁੱਛਣਾ ਸੀਗਾ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਬੇਟੀ 8 ਸਾਲ ਦੀ ਹੈ ਔਰ ਬੇਟਾ 5 ਸਾਲ ਦਾ ਹਾਂਜੀ ਔਰ ਜੇ ਉਹਨਾਂ ਨੂੰ 5 ਔਰ 8 ਸਾਲ ਦੇ ਬੱਚੇ ਦੇ ਨਾਲ ਆਪਾਂ ਬਿਠਾਵਾਂਗੇ ਤਾਂ ਤੁਹਾਨੂੰ ਲੱਗਦਾ ਕਿ ਕੋਈ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੋਊਗਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਜ਼ਿਆਦਾ ਉਹਨਾਂ ਤੋਂ ਸੁਪੀਰੀਅਰ ਹੋਣਗੇ ਮੈਂ ਦੇਖੋ ਕਿੱਦਾਂ ਚੁਲਬਲੇ ਆ ਪੂਰੇ ਸ਼ਤਾਨ ਆ ਉਹ ਇੱਦਾਂ ਨਹੀਂ ਹੈਗਾ ਜੀ ਉਹ ਇਹ ਸਿਰਫ ਗੱਲਾਂ ਬਣਾਈਆਂ ਹੋਈਆਂ ਜੀ ਆਪਾਂ ਆਪਣੇ ਆਪ ਨੂੰ ਪਹਿਲੀ ਵਾਰ ਇਹ ਗੱਲ ਸੁਣ ਰਹੇ ਕਿ ਕੋਈ ਬੰਦਾ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਤੁਸੀਂ ਕਰ ਰਹੇ ਹੋ ਨਾ ਜਿਹੜੇ ਸਵਾਲ ਹੈ ਤੁਹਾਡੇ ਨਾ ਇਹ ਅਸੀਂ ਹੀ ਇਸ ਜਿਹੜਾ ਜਿਹਨੂੰ ਅਸੀਂ ਸਮਾਜ ਕਹਿੰਦੇ ਨੇ ਇਹਨਾਂ ਨੇ ਬਣਾਈਆਂ ਅਸੀਂ ਉਹਨਾਂ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਸਾਨੂੰ ਆਹ ਕੁਛ ਤਾਂ ਨਹੀਂ ਕਹਿੰਦਾ ਅਸੀਂ ਇੱਕ ਅੱਛਾ ਇਹ ਕਰ ਦਈਏ ਆਹ ਤਾਂ ਨਹੀਂ ਕੁਛ ਕਹਿੰਦਾ ਹੈਗਾ ਅੱਛਾ ਇਹ ਵੀ ਕਰ ਦਈਏ ਹੁਣ ਜਿੱਦਾਂ ਤੁਸੀਂ ਕਿਹਾ ਬੱਚੇ ਨੂੰ ਪੜ੍ਹਾਉਣਾ ਸਕੂਲ ਕਿਉਂਕਿ ਸਾਨੂੰ ਪਤਾ ਆ ਜੇ ਤੁਸੀਂ ਨਹੀਂ ਪੜ੍ਹਾਓਗੇ ਨਾ ਆਪਦਾ ਤੁਹਾਨੂੰ ਪੜ੍ਹਾਉਣਾ ਹੀ ਪਊਗਾ ਤੁਹਾਨੂੰ ਸਮਾਂ ਦੇਣਾ ਪਊਗਾ ਜੇ ਨਹੀਂ ਤੁਸੀਂ ਸਮਾਂ ਦਿਓਗੇ ਡੋਕਰਾ ਕਢਾਓ ਯਾਰ ਉਹ ਕਹਿੰਦਾ ਫਿਰ ਤੁਸੀਂ ਜਿਵੇਂ ਸਮਾਜ ਦੇ ਅਸੀਂ ਅਸਲ 'ਚ ਲੋਕ ਪਤਾ ਕੀ ਕਰਦੇ ਆ ਬੰਦੇ ਪੜ੍ਹਦੇ ਨੇ ਅੱਗੋਂ ਬੱਚਿਆਂ ਨੂੰ ਫਿਰ ਪੜ੍ਹਾਉਂਦੇ ਨੇ ਬੱਚੇ ਪੜ੍ਹ ਕੇ UPSC ਕੋਈ ਕਲੀਅਰ ਕਰ ਲੈਂਦਾ ਕੋਈ ਅੱਛੀ ਪੋਸਟ ਤੇ ਪਹੁੰਚ ਜਾਂਦਾ ਤੁਸੀਂ ਕੀ ਸੋਚਿਆ ਬੱਚੇ ਕੀ ਏਮ ਕੀ ਹੈ ਬੱਚਿਆਂ ਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਮੇਰੀ ਮੰਮੀ ਨਾ 80 ਸਾਲ ਦੇ ਆ ਲੋਕੀ ਅਕਸਰ ਮੈਨੂੰ ਕਹਿ ਦਿੰਦੇ ਆ ਕਿ ਤੇਰੀ ਦਾਦੀ ਆ ਮੇਰੀ ਮਾਤਾ ਆ ਵੱਡੇ ਭਾਈ ਗੁਜ਼ਰ ਗਏ ਸੀ ਨਾ ਸਾਡੇ ਵੱਡੇ ਵਾਹਵਾ ਵੱਡੇ ਸੀਗੇ ਮੈਂ ਹੀ 40 ਦਾ ਹੋ ਗਿਆ ਤੁਸੀਂ ਹਿਸਾਬ ਲਾ ਲਓ ਹੁਣ ਵੱਡੇ ਕਿੱਡੇ ਵੱਡੇ ਕਿੱਡੇ ਮੈਂ 40 ਦਾ 40 ਮੈਂ ਹੁਣ 84 ਬੋਲ ਮੈਂ 40ਵੀਂ 'ਚ ਚਲਾ ਗਿਆ ਤਾਂ ਮੈਂ ਹੀ 40 ਦਾ ਆਇਆ ਫਿਰ ਵੱਡੇ ਕਿੱਡੇ ਹੋਣਗੇ ਹੈ ਨਾ 50 ਤੱਕ ਦੇ ਸੀਗੇ ਤਾਂ
ਮੇਰੀ ਮੰਮੀ ਨੂੰ ਮੇਰੀ ਡੈਡੀ ਜਿਹੜਾ ਮੇਰੀ ਮੰਮੀ ਦਾ ਡੈਡੀ ਸੀਗਾ ਉਹਨੇ ਪੜ੍ਹਾਇਆ ਨਹੀਂ ਹੈਗਾ। ਮੇਰੀ ਮੰਮੀ ਜਦੋਂ 15, 16, 17, 18 ਸਾਲਾਂ ਦੀ ਹੋਈ ਉਦੋਂ ਉਹਨੇ, ਉਹ ਮੇਰੀ ਮੰਮੀ ਕਹਿੰਦੀ ਦੱਸਦੀ ਆ, ਉਹਨੇ ਬੱਚਿਆਂ ਨੂੰ ਮਤਲਬ ਉਸ ਉਹਨਾਂ ਉੱਧਰ ਪਿੰਡਾਂ 'ਚ ਮੂੰਗਫਲੀ, ਉਹਨਾਂ ਦੇ ਗੁੜ ਗੁੜ ਵਾਲਾ ਹੁੰਦਾ ਸੀਗਾ, ਮੂੰਗਫਲੀ ਗੁੜ ਇੱਦਾਂ ਦੀਆਂ ਚੀਜ਼ਾਂ ਬਹੁਤ ਸੀਗੀਆਂ। ਉਹ ਕਹਿੰਦੇ ਬੱਚਿਆਂ ਨੂੰ ਦੇ ਕੇ ਮੈਂ ਉਹਨਾਂ ਦਾ ਲਿਖਣਾ ਸਿੱਖਦੀ ਹੁੰਦੀ ਸੀ। ਜਦੋਂ ਉਹ ਵੱਡੀ ਹੋਈ ਉਹਨੂੰ ਪਤਾ ਲੱਗਾ ਵੀ ਪੜ੍ਹਨਾ ਆ, ਉਹ ਕਹਿੰਦੀ ਮੈਂ ਮਿੱਟੀ ਦੇ ਊੜਾੜਾ ਲਿਖ ਕੇ ਸਿੱਖਿਆ ਆ। ਕਾਗਜ਼ ਉਹਦਾ ਬਾਪੂ ਨਹੀਂ ਲੈ ਕੇ ਦਿੰਦਾ ਸੀ, ਪੁਰਾਣੇ ਸਮੇਂ 'ਚ ਨਹੀਂ ਲੈ ਕੇ ਦੇ, ਮਤਲਬ ਤੁਸੀਂ ਇਹ ਦੇ ਲਓ ਮੇਰੀ ਮੰਮੀ 40-45 ਦੀ ਬੋਰਨ ਆ, ਮਤਲਬ ਕਿਹੜੇ ਸਮੇਂ ਦੀ ਗੱਲ ਕਰਦਾ ਮੈਂ, ਉਹ ਜਦੋਂ 45 ਦੇ 1960-62 ਦੀ ਗੱਲ ਕਰਦਾ ਹੋਊਗਾ ਮੈਂ, 1960-62 ਦੀ, 1960-62 ਦੇ ਲਓ ਕਿੱਥੇ ਆ, ਹੈ ਨਾ, ਅਸੀਂ ਤਾਂ ਆਹ ਹੀ ਗਿਣਦੇ ਰਹਿੰਦੇ ਹਾਂ, ਉਹ 84 ਤੱਕ ਹੀ ਬੈਠੇ। 1960-62 'ਚ ਉਹਦੇ ਪਿਓ ਨੇ ਉਹਨੂੰ ਨਹੀਂ ਪੜ੍ਹਨੇ ਪਾਇਆ, ਮਤਲਬ ਉਹ ਇੱਦਾਂ ਦੱਸਦੀ ਆ, ਹੈ ਕਿਵੇਂ ਦੱਸਦੀ। ਫਿਰ ਉਹ ਕਹਿੰਦੀ ਮੈਂ ਐੱਮ ਏ ਸਿੱਖੀ ਸੀਗੀ, ਤਾਂ ਉਹਨੇ ਸਾਨੂੰ ਪੰਜਾਬੀ ਸਿਖਾਈ, ਮੇਰੀ ਭੈਣ ਨੂੰ ਵੱਡੀ ਨੂੰ, ਮੇਰੀ ਭੈਣ ਨੇ ਸਾਨੂੰ ਸਿਖਾਈ ਸਕੂਲ 'ਚ, ਅਸੀਂ ਬਾਅਦ 'ਚ ਸਿੱਖਣ ਗਏ, ਪਹਿਲਾਂ ਘਰ ਸਿਖਾਤੀ ਸਾਨੂੰ ਉੜਾੜਾ, ਜਪਜੀ ਸਾਹਿਬ ਦਾ ਪਾਠ ਮਾਤਾ ਨੇ ਸਿਖਾਤਾ ਸੀਗਾ। ਜਦੋਂ ਉਹ ਆਪ ਸਾਨੂੰ ਸਿਖਾਤਾ, ਉਹ ਆਪ ਬਸ ਦਸਤਖਤ ਕਰਨਾ ਜਾਣਦੀ, ਹੁਣ ਉਹਨੂੰ ਭੁੱਲ ਗਈ ਬਸ, ਮਤਲਬ ਕਿਉਂਕਿ ਬਜ਼ੁਰਗ ਹੋ ਗਏ ਉਹਨਾਂ ਕੇ। ਤੁਸੀਂ ਇਹ ਦੇਖ ਲਓ, ਜਦ ਦਰਸ਼ਨ ਕੌਰ ਮੇਰੀ ਮਾਤਾ ਉਹਨਾਂ ਦਾ ਨਾਂ ਆ, ਉਹ ਇੰਨੀ ਉਮਰ 'ਚ ਸਿੱਖ ਸਕਦੀ ਆ, ਇਹਨਾਂ ਨੂੰ ਵੀ ਜਦੋਂ ਲੋੜ ਪਊਗੀ ਸਿੱਖ ਲਓਗੇ। ਪਰ ਕੱਲੀ ਇੱਕੋ ਲੈਂਗੁਏਜ ਸਿਖਾਈ ਨਾ, ਕੱਲੀ ਪੰਜਾਬੀ ਹੀ ਸਿਖਾ ਸਕੇ, ਪਰ ਅੱਜ ਦੇ ਉਹਨਾਂ ਨੇ ਆਪ ਸਿੱਖੀ, ਉਹਨਾਂ ਨੇ ਉਹਨਾਂ ਨੂੰ ਅੱਜ ਦੇ ਵਿੱਚ ਤਾਂ ਬਹੁਤ ਸਾਰੀ ਲੈਂਗੁਏਜ ਦੀ ਲੋੜ ਆ। ਨੂੰ ਇੱਕ ਉਹ ਵੀ ਹੈ ਨਾ, 1965 ਵਿੱਚ ਕਿੱਥੇ ਐਕਸਪੋਜ਼ਰ ਸੀਗਾ ਉਹਨਾਂ ਨੂੰ, ਲੈਂਗੁਏਜ ਪੰਜਾਬੀ ਚਾਹੀਦੀ ਸੀ ਬਸ, ਉਹਨਾਂ ਨੂੰ ਪੰਜਾਬੀ ਲੈਂਗੁਏਜ ਹੀ ਚਾਹੀਦੀ ਸੀਗੀ, ਉਹਨਾਂ ਨੂੰ ਸਾਨੂੰ ਸਿਖਾ, ਉਹਨਾਂ ਨੇ ਸਾਨੂੰ ਪੰਜਾਬੀ ਸਿਖਾਈ, ਫਿਰ ਅਸੀਂ ਅੱਗੇ ਸਾਰੀਆਂ ਸਿੱਖ ਲਈਆਂ, ਸਾਨੂੰ ਤਾਂ ਆਉਂਦੀਆਂ ਨਾ। ਉਹ ਹੁਣ ਜਿਹੜੇ ਅੱਜ ਦੇ ਦੌਰ ਵਾਲੇ, ਇਹਨਾਂ ਕੋਲ ਸਾਡੇ ਤੋਂ ਵੀ ਵੱਧ ਐਕਸਪੋਜ਼ਰ ਆ। ਖਲੀਚੇ ਜੇ ਸਿਰ ਦਊਗੇ, ਜੇ ਤੁਹਾਨੂੰ ਕਿਤੇ ਲੋੜ ਪਊਗੀ ਉਹਦੇ ਚ ਜਾਊਂਗੇ ਤਾਂ ਜ਼ਰੂਰ ਕਰੂੰਗੇ, ਕਰਨਾ ਪਊਗਾ। ਹੁਣ ਜਿੱਦਾਂ ਫਿਲਮ ਕਰਨ ਕੀਤੀ ਆ, ਮੈਂ ਰਿਲੀਜ਼ ਕਰ, ਮੈਨੂੰ ਫਿਲਮ ਬਣਾਉਣ ਤੱਕ ਦਾ ਪਤਾ ਸੀਗਾ, ਮੈਂ ਅੱਗੇ ਤੱਕ ਵੀ ਪਤਾ ਲੱਗ ਗਿਆ ਭਾਈ ਆਹ ਚੀਜ਼ਾਂ ਹੁੰਦੀਆਂ ਆ। ਪਰ ਪ੍ਰੈਸ਼ਰ ਹੋਊਗਾ ਨਾ ਉਦੋਂ ਜਵਾਕਾਂ ਦੇ ਉੱਤੇ ਜਦੋਂ ਵੱਡੇ ਹੋਣਗੇ, ਫਿਰ ਉਦੋਂ ਸਿੱਖਣੀ ਪਊਗੀ। ਜੇ ਛੋਟੇ ਹੁੰਦੇ ਤੋਂ ਇੱਕ ਰਿਲੈਕਸ ਮੋਡ 'ਚ ਨਹੀਂ ਕਦੀ ਵੀ ਉਹ ਹੋਊਗਾ ਜੀ। ਮੈਂ ਇੱਕ ਇਹ ਵੀ ਮੈਂ ਸਵਾਲ ਤੁਹਾਨੂੰ ਉਹੀ ਪੁੱਛ ਰਿਹਾ, ਤੁਸੀਂ ਉਹ ਖੁਸ਼ ਨੇ ਹੁੰਦੇ ਨੇ ਤੁਸੀਂ, ਹੁਣ ਉਹਨਾਂ ਨੂੰ ਮੈਂ ਡਰਾਉਣਾ ਵੀ ਸਕੂਲੇ ਵਾਲਾ ਜੇ ਤੁਸੀਂ ਨਹੀਂ ਉਹ ਕਰੋਗੇ, ਸ਼ਰਾਰਤਾਂ ਕਰੋਗੇ। ਅੱਛਾ, ਮਤਲਬ ਬੱਚੇ ਸਾਰੇ ਸੇਮ ਹੈ ਜੀ, ਤੁਸੀਂ ਕਦੇ ਵੀ ਦੇਖ ਲਿਓ ਉਹਨਾਂ ਦੇ ਜਿੱਦਾਂ ਜਿਹੜੇ ਸਕੂਲ ਪੜ੍ਹਦੇ। ਕਿਤੋਂ ਪੜ੍ਹਿਆ ਹੈ, ਕਿਉਂਕਿ ਬਹੁਤ ਸਾਰੇ ਪੇਰੈਂਟਸ ਅੱਜ ਕੱਲ੍ਹ ਮੈਂ ਵੇਖਿਆ ਕਿ ਕਾਉਂਸਲਿੰਗ ਵੀ ਲੈਂਦੇ ਨੇ ਜਾਂ ਕੁਛ ਹੋਰ, ਇੱਕ ਕਲਚਰ ਵੈਸਟ ਦੇ ਵਿੱਚ ਹੈ ਇਹ ਕਲਚਰ ਕਿਹੜਾ ਜੀ, ਜਿਹੜਾ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਜਾਂ ਫਿਰ ਕਹਿੰਦਾ ਵਾਧੂ ਹੈ ਜੀ, ਉਹ ਤਾਂ ਬਹੁਤ ਨੇ, ਕਿਉਂਕਿ ਬਹੁਤ ਜੇ ਇੰਡੀਆ ਦੇ ਆਪਾਂ ਅਲੀਟ ਕਲਾਸ ਦੀ ਗੱਲ ਕਰੀਏ ਤਾਂ ਅਲੀਟ ਕਲਾਸ ਆਪਣੇ ਜਵਾਕਾਂ ਨੂੰ ਕਹਿੰਦੇ ਸਕੂਲ ਨਹੀਂ ਭੇਜਦੀ, ਉਹਨਾਂ ਦਾ ਕੰਮ ਹੈ ਅਲੀਟ ਕਲਾਸ। ਇੱਕ ਉਹਨਾਂ ਕੋਲ ਟਾਈਮ ਹੀ ਹੈ ਨਹੀਂਗਾ ਜੀ, ਉਹਨਾਂ ਕੋਲ ਟਾਈਮ ਹੈ ਨਹੀਂਗਾ, ਸਾਡੇ ਕੋਲ ਟਾਈਮ ਹੈਗਾ ਜੀ, ਸਮਾਂ ਦੇ ਸਕਦੇ ਆਪਾਂ। ਉਹ ਬਾਹਰ ਬਹੁਤ ਕਰਦੇ ਨੇ, ਬਾਹਰ ਤਾਂ ਸਗੋਂ ਸਭ ਤੋਂ ਵੱਧ ਆ। ਮੈਂ ਤੁਸੀਂ ਤਾਂ ਕਿਤੋਂ ਸਿੱਖਿਆ ਹੋਊਗਾ, ਮੈਂ ਕਿਸੇ ਸਿੱਖਿਆ ਨਹੀਂ, ਮੈਂ ਵੈਸੇ ਨਹੀਂ ਪੜ੍ਹਾਉਣਾ ਚਾਹੁੰਦਾ ਜੀ। ਮੈਂ ਮੇਰਾ ਇੱਕ ਹੋਰ ਮਕਸਦ ਆ ਕਿ ਕਿਸੇ ਦੀ ਕੌਂਸ਼ੀਅਸ ਨਹੀਂ ਉਹਨਾਂ ਦੇ ਕੋਲ ਜਾਣੀ ਚਾਹੀਦੀ। ਅੱਛਾ, ਕੌਂਸ਼ੀਅਸ ਦਾ ਮਤਲਬ ਕਿਸੇ ਦੀ ਖਿਆਲ ਉਹਨਾਂ ਕੋਲ ਨਹੀਂ ਜਾਣੀ ਚਾਹੀਦੀ। ਉਹ ਵੈਸੇ ਇੰਟਰਨੈਟ ਦਾ ਇੰਨਾ ਐਕਸਪੋਜ਼ ਰਿਹਾ, ਉਹਨਾਂ ਕੋਲ ਸਾਰਿਆਂ ਦੇ ਖਿਆਲ ਹੈ, ਸਾਰੀ ਦੁਨੀਆ ਦੇ ਖਿਆਲ ਆ। ਪਰ ਇੰਟਰਨੈਟ 'ਤੇ ਵੀ ਚੀਜ਼ਾਂ ਹਰ ਕੁਛ ਵਧੀਆ ਤਾਂ ਨਹੀਂ ਆਪਾਂ ਨੂੰ ਮਿਲਦਾ, ਨਹੀਂ ਅਸੀਂ ਉਹ ਤਾਂ ਕਰ ਸਕਦੇ ਹਾਂ ਫਿਲਟਰ ਕਰ ਲੈਂਦੇ। ਹਾਂਜੀ, ਫਿਲਟਰ ਤਾਂ ਸਾਡਾ ਪਾਸੇ ਆ ਲੱਗਦਾ, ਜਿਵੇਂ ਇੱਕ ਮਾਫੀਆ ਵਰਡ ਬਣਿਆ ਹੋਇਆ ਹੈ। ਹਾਂਜੀ, ਫਾਰਮਾ ਮਾਫੀਆ, ਇਹੋ ਜਿਹੇ ਵੱਖ ਵੱਖ ਮਾਫੀਆਜ਼ ਨੇ, ਤੁਹਾਨੂੰ ਲੱਗਦਾ ਐਜੂਕੇਸ਼ਨ ਵੀ ਕੋਈ ਮਾਫੀਆ ਹੈ ਪਿੱਛੇ?
ਨਹੀਂ ਪਤਾ ਨਹੀਂ ਜੀ, ਬੈ ਐਜੂਕੇਸ਼ਨ ਵਿੱਚ ਟੈਕਸਟ ਬੁੱਕਸ ਨਹੀਂ ਮੇਰੇ ਖਿਆਲ ਹੁੰਦੇ ਹੈਗੇ, ਇੱਦਾਂ ਦਾ ਕੁਛ ਹੁੰਦਾ ਹੈ, ਤਾਂ ਕਰਕੇ ਮੈਂ ਇੱਕ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਨਵੀਂ ਨਿਊ ਐਜੂਕੇਸ਼ਨ ਪੋਲਿਸੀ ਆ ਰਹੀ ਹੈ, ਇਹ ਕਹਿੰਦੇ ਸਾਡਾ ਇਤਿਹਾਸ ਖਤਮ ਕਰੂਗੀ, ਕਿਹਨਾਂ ਦਾ? ਆਪਣਾ ਪੰਜਾਬ ਦਾ ਜਿਹੜਾ, ਮੈਂ ਨਾ ਪੜ੍ਹਾਓ ਸਗੋਂ ਵਧੀਆ ਨਾ ਸਕੂਲੇ ਹੀ ਨਾ ਪਾਓ। ਹਾਂ ਮੈਂ ਉਹੀ ਕਹਿਣਾ ਤੁਹਾਨੂੰ, ਲੱਗਦਾ ਇਹ ਤਾਂ ਮੈਂ ਬਹੁਤ ਵਧੀਆ ਕਰ ਰਿਹਾ, ਇਹ ਤਾਂ ਮੈਂ ਬਹੁਤ ਵਧੀਆ ਕਰ ਰਿਹਾ, ਮੈਂ ਪੜ੍ਹਾ ਹੀ ਨਹੀਂ ਰਿਹਾ, ਪੋਲਿਸੀ ਨਹੀਂ ਪਤਾ ਲੱਗੂਗੀ ਇਹਨਾਂ ਨੂੰ, ਫਿਰ ਖਤਮ ਵੀ ਨਹੀਂ ਹੋਣਗੇ। ਸਿੰਪਲ ਜੀ ਗੱਲ ਹੈ, ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਹੈਗਾ ਫਿਰ ਉਹ ਚੀਜ਼ ਉਹ ਵੀ ਨਹੀਂ ਹੋਊਗੀ, ਹੈ ਨਾ ਜੀ? ਕਿ ਏਮ ਕੀ ਸੋਚਿਆ ਤੁਸੀਂ ਬੱਚਿਆਂ ਵਾਸਤੇ, ਕੀ ਬਣਾਉਣਾ ਚਾਹੁੰਦੇ ਹੋ? ਨਹੀਂ ਉਹ ਆਪ ਹੀ ਬਣ ਜਾਣਾ ਜੀ, ਕੀ ਬਣਾਉਣਾ? ਹੁਣ ਮੈਂ ਤਾਂ ਕੁਛ ਬਣਨਾ ਚਾਹੁੰਦਾ, ਮੈਂ ਵੀ ਦੇਖੋ ਮੈਂ ਐਰੋਨੋਟਿਕਲ ਇੰਜੀਨੀਅਰ ਬਣਨਾ ਚਾਹੁੰਦਾ ਸੀ, ਮੈਨੂੰ ਪਤਾ ਹੀ ਨਹੀਂ ਲੱਗਾ ਪਿੰਡ 'ਚ ਸਿਖਾ ਉਦੋਂ, ਮੈਨੂੰ ਪਤਾ ਨਹੀਂ ਲੱਗਾ ਕਿੱਥੇ ਕੀ ਹੁੰਦਾ ਹੈ ਨਾ, ਫਿਰ ਮੈਂ ਸੋਫਟ ਇੰਜੀਨੀਅਰਿੰਗ ਚਲਾ ਗਿਆ। ਦੇਖੋ ਇੱਥੇ ਵੀ ਉਹੀ ਗੱਲ ਆ ਜਾਂਦੀ, ਕਿਉਂਕਿ ਤੁਹਾਨੂੰ ਤਾਂ ਨਹੀਂ ਪਤਾ ਚੱਲਿਆ ਹੁਣ ਮੈਂ ਸੋਫਟ ਇੰਜੀਨੀਅਰਿੰਗ ਕਰ ਲਈ, ਸੋਫਟ ਇੰਜੀਨੀਅਰਿੰਗ ਸੋਫਟਵੇਅਰ ਇੰਜੀਨੀਅਰਿੰਗ ਕਰਕੇ ਮੈਂ ਇੱਧਰ ਆ ਗਿਆ ਫਿਲਮ ਮੇਕਿੰਗ 'ਚ। ਬੱਚਿਆਂ ਦਾ ਇੰਟਰਸਟ ਪਤਾ ਚੱਲ ਰਿਹਾ ਤੁਹਾਨੂੰ ਕਿਹੜੇ ਪਾਸੇ ਉਹਨਾਂ ਦਾ ਇੰਟਰਸਟ ਹੈ? ਨਹੀਂ ਹਾਲੇ ਨਹੀਂ ਜੀ, ਅਸੀਂ ਇੱਦਾਂ ਨਹੀਂ ਕੁਛ ਵੀ ਪਤਾ ਲੱਗਿਆ, ਜਦੋਂ ਆਪ ਕਰਨਾ ਕਰੂਗੇ ਉਦੋਂ ਪਤਾ ਲੱਗੂਗਾ ਜੀ ਕੀ ਕਰਨਾ। ਮੈਂ ਉਹਨਾਂ ਨੂੰ ਕੁਛ ਨਹੀਂ ਕਰਨਾ ਕਹਿਣਾ ਜੀ, ਉਹਨਾਂ ਨੂੰ ਧੱਕੇ ਨਾਲ ਥੋੜ੍ਹੀ ਪੜ੍ਹਾਉਣਾ ਜੀ, ਧੱਕੇ ਨਾਲ ਨਹੀਂ। ਆਪਾਂ ਜ਼ਿਆਦਾ ਹੀ ਲੈਕਚਰ ਇਹਦੇ ਪਰ ਚਲਾ ਗਿਆ ਸਾਡਾ, ਮੈਨੂੰ ਲੱਗਦਾ ਵਾਪਸ ਆਪਾਂ ਫਿਲਮ ਵਾਲੇ ਪਾਸੇ ਨੂੰ ਆਉਂਦੇ ਹਾਂ। ਨਹੀਂ ਬੱਚਿਆਂ ਦਾ ਬੜਾ ਮੈਨੂੰ ਬਹੁਤ ਪਹਿਲੀ ਵਾਰ ਮੈਂ ਸੁਣਿਆ ਕੋਈ ਇਹੋ ਜਿਹਾ। ਨਹੀਂ ਇਹ ਤਾਂ ਬਹੁਤ ਨੇ ਜੀ, ਬਿਲਕੁਲ ਦੁਨੀਆ, ਮੈਂ ਇਕੱਲਾ ਨਹੀਂ ਹੈਗਾ ਜੀ। ਪੰਜਾਬ 'ਚ ਹੋਣਗੇ ਕੋਈ? ਪਤਾ ਨਹੀਂ ਪੰਜਾਬ ਦਾ, ਮੈਨੂੰ ਮੈਂ ਤਾਂ ਹੈਗਾ ਜੀ। ਦੇਖੋ ਇੱਕ ਗੱਲ ਹੁੰਦੀ ਹੈ ਕਿ ਜੇਕਰ ਕੋਈ ਬੰਦਾ ਆਪ ਨਾ ਪੜ੍ਹਿਆ ਲਿਖਿਆ ਹੋਵੇ ਨਾ, ਜੇ ਪਤਾ ਕਿ ਹਾਂ ਉਹ ਆਪ ਅਨਪੜ੍ਹ ਨੇ ਤਾਂ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ, ਉਹ ਧਿਆਨ ਦਿੰਦੇ, ਉਹ ਇੱਕ ਸੈਪਰੇਟ ਗੱਲ ਹੁੰਦੀ ਹੈ। ਪਰ ਜਦੋਂ ਪੇਰੈਂਟਸ ਆਪ ਇੰਨੇ ਵੈਲ ਆਫ ਇੰਨੇ ਵਧੀਆ ਪੜ੍ਹੇ ਲਿਖੇ ਹੋਣ ਔਰ ਉਹ ਇਹ ਡਿਸੀਜਨ ਲੈਣ ਕਿ ਅਸੀਂ ਪੜ੍ਹਾਉਣਾ ਨਹੀਂ ਬੱਚਿਆਂ ਨੂੰ, ਉਹ ਬੜਾ ਸ਼ੌਕਿੰਗ ਲੱਗਦਾ। ਨਹੀਂ ਸਗੋਂ ਵਧੀਆ ਡਿਸੀਜਨ ਹੁੰਦਾ ਨਾ, ਕਿ ਉਹਨਾਂ ਨੂੰ ਪਤਾ ਹੈ ਕਿ ਸਮਾਜ 'ਚ ਕੀ ਚੱਲਦਾ, ਅਸੀਂ ਉਹਨਾਂ ਦੇ ਵਰਗੇ ਨਹੀਂ ਬਣਾਉਣਾ, ਮੈਂ ਨਹੀਂ ਬਣਾਉਣਾ ਚਾਹੁੰਦਾ ਉਹਨਾਂ ਵਰਗੇ ਜਿੱਦਾਂ ਚੱਲਦੇ ਆ, ਜਿਵੇਂ ਆਹ ਕੁਛ ਚੱਲਦਾ ਪਿਆ ਆ ਜਿੱਦਾਂ ਮੇਰੇ ਨਾਲ ਹੋ ਰਿਹਾ, ਫਿਰ ਮੈਂ ਨਹੀਂ ਚਾਹੁੰਦਾ ਇੱਦਾਂ ਉਹਨਾਂ ਨੂੰ ਪਤਾ ਲੱਗੇ ਕਿ ਇੱਦਾਂ ਵੀ ਕੁਛ ਹੁੰਦਾ। ਪਰ ਇੰਟਰਨੈਟ ਤੋਂ ਜਿਵੇਂ ਦੇ ਬਣ ਗਏ ਉਹ ਫਿਰ? ਨਹੀਂ ਹਾਂਜੀ, ਇੰਟਰਨੈਟ 'ਤੇ ਵੀ ਤਾਂ ਇਹ ਚੀਜ਼ਾਂ ਹੈ ਹੀ ਆ ਨਾ। ਨਹੀਂ ਉਹਨਾਂ ਨੂੰ ਆਪਣੀਆਂ ਚੀਜ਼ਾਂ ਵੀ ਦੱਸਾਂਗੇ ਨਾ, ਹੈ ਨਾ, ਉਹਨਾਂ ਨੂੰ ਆਪਣੀਆਂ ਚੀਜ਼ਾਂ ਵੀ ਦੱਸਾਂ ਵੀ ਇੱਦਾਂ ਨਹੀਂ ਕਿਸੇ ਨਾਲ ਕਰਨਾ। ਆਪਣੇ ਪੰਜਾਬ ਦੇ ਵਿੱਚ ਅਸਲ 'ਚ ਉਹ ਮੈਨੂੰ, ਮੈਂ ਬਿਜ਼ਨਸ ਬੜੇ ਸਟੱਡੀਜ਼ ਕੀਤੀ ਹੋਈ ਆ, ਉਹ ਮਤਲਬ ਉੱਪਰ ਕੀ ਹੁੰਦਾ ਇੱਦਾਂ ਜਾਂਦਾ ਥੱਲੇ ਹੋ ਨਾ, ਮੈਂ ਵਿੱਚ ਦਾ ਉਹ ਕੀਤਾ ਹੋਇਆ ਆ। ਜਿਹੜੇ ਆਪਣੇ ਇੱਥੇ ਬਿਜ਼ਨਸਮੈਨ ਆ ਉਹ ਜਿਵੇਂ ਕਹਿੰਦੇ ਤੂੰ ਕੋਈ ਲੱਤਾਂ ਜਿਹੜਾ ਵੀ ਕਹਿੰਦੇ ਲੱਤਾਂ ਖਿੱਚਦੇ ਹੁੰਦੇ ਨਾ, ਉਹ ਅਸਲ 'ਚ ਕੀ ਆ ਆਪਣੀ ਲਕੀਰ ਵੱਡੀ ਕਰਨੀ ਹੁੰਦੀ ਆ, ਉਹ ਦੂਜੇ ਦੇ ਲਕੀਰਾਂ ਢਾਈ ਫਿਰਦੇ ਆ। ਅਸਲ 'ਚ ਉਹ ਜਿਹੜੇ ਲੱਤਾਂ ਖਿੱਚਦੇ ਉਹ ਆਪਣੀਆਂ ਆਪਣੀਆਂ ਲਕੀਰਾਂ ਵੱਡੀਆਂ ਨਹੀਂ ਕਰ ਰਹੇ, ਉਹ ਦੂਜੇ ਦੀ ਲਕੀਰ ਜਿਹੜੀ ਖਿੱਚ ਰਿਹਾ ਉਹਨੂੰ ਢਾਣ 'ਚ ਲੱਗੇ ਰਹਿੰਦੇ, ਫਿਰ ਉਹਨਾਂ ਦਾ ਜ਼ੋਰ ਉੱਥੇ ਲੱਗਾ ਰਹਿੰਦਾ। ਜਦ ਕਿ ਆਪਣੀ ਲਕੀਰ ਵੱਲ ਧਿਆਨ ਦਿਓ, ਸਾਰੇ ਅੱਗੇ ਜਾਣਗੇ, ਮਤਲਬ ਸਾਰੇ ਵੱਡੇ ਹੁੰਦੇ ਆ, ਹਰ ਇੱਕ ਇਨਸਾਨ ਸੇਮ ਹੈ ਜੀ, ਧਰਤੀ ਹਵਾ ਪਾਣੀ ਚੰਨ ਸੂਰਜ ਸਾਰਾ ਕੁਛ ਸੇਮ ਹੀ ਮਿਲਦਾ ਹਰੇਕ ਬੰਦੇ ਨੂੰ।